पिछले 2 सालों से खाट पर इलाज के लिए तड़प रहे गांव बदलवड़ के रहने वाले गुरतार सिंह की एसएसपी संदीप गोयल ने सोशल मीडिया के माध्यम से पुकार सुनकर उसका मुकम्मल इलाज करवाने का बीड़ा उठाया था, जिसके बाद एसएसपी संदीप गोयल ने सीएमओ डॉक्टर जसवीर सिंह औलख, ऑर्थो स्पेशलिस्ट डॉक्टर अंशुल गर्ग और डॉक्टर हरीश मित्तल के साथ बातचीत करके गुरतार सिंह का सरकारी हॉस्पिटल बरनाला में इलाज शुरू करवा दिया था। प्राप्त जानकारी के अनुसार गुरतार सिंह को जल्द से जल्द पैरों पर खड़ा करने के लिए एसएसपी संदीप गोयल ने उसकी डीएमसी लुधियाना में एक सर्जरी भी करवा दी है, जिसके साथ गुरतार सिंह को अब बड़ी राहत मिली है। डीएमसी लुधियाना में गुरतार सिंह की सर्जरी होने के बाद अब बाकी का इलाज सरकारी अस्पताल बरनाला में डॉक्टर अंशुल गर्ग और डॉक्टर हरीश मित्तल की तरफ से किया जा रहा है। इस दौरान गुरतार सिंह की पत्नी सुखमीत कौर ने भीगी आंखों से बातचीत करते हुए कहा कि वह सभी तरफ से टूट चुके थे। उनको गुरतार सिंह का इलाज करवाने के लिए कोई भी सहारा नहीं मिल रहा था, परंतु कहते हैं कि दुख की घड़ी में जब अपने ही मुंह मोड़ जाते हैं तो परमात्मा किसी न किसी व्यक्ति को सहारा बनाकर भेज देते हैं। उनके लिए तो परमात्मा ने एसएसपी संदीप गोयल को एक फरिश्ता बनाकर ही भेज दिया, जिन्होंने इस दुख की घड़ी में उनकी बाजू पकड़ी है और गुरतार सिंह का सारा इलाज करवाने का बीड़ा उठाया है। बरनाला से हलचल के लिए विनोद शर्मा की रिपोर्ट। ਜਿਹਨੇ ਮਾੜੇ ਟਾਈਮ ਦੇ ਵਿੱਚ ਸਾਡੇ ਬਾਹ ਫੜਿਆ SSP ਸੰਦੀਪ ਗੋਲ DMC ਲੁਧਿਆਣੇ ਲੈ ਕੇ ਗਏ ਆ ਜੀ ਆਪਰੇਸ਼ਨ ਕੀਤਾ ਜੀ ਅੱਛਾ ਜੀ ਹਾਂਜੀ ਵੀ ਅੱਗੇ ਨਾਲ ਵੀ ਬਹੁਤ ਨਹੀਂ ਜੀ ਕੋਈ ਪੈਸਾ ਨਹੀਂ ਲੱਗਿਆ ਹੈਗਾ ਫ੍ਰੀ ਇਲਾਜ ਕੀਤਾ ਜੀ ਜਦੋਂ ਮਰੀਜ਼ ਐਡਮਿਟ ਕੀਤਾ ਜੀ ਉਹ ਮਹਿਲਕਲਾਂ ਪਿਆ ਸੀ ਜੀ ਮਹਿਲਕਲਾਂ ਉਹਦੇ ਪਿੱਛੇ ਢੂਹੀ ਦੇ ਉੱਤੇ ਬੈੱਡ ਸੋਰ ਹੋਏ ਹੋਏ ਸੀ ਅਤੇ ਪਿਸ਼ਾਬ ਵਾਲੀ ਜਿਹੜੀ ਨਾਲੀ ਸੀ ਉਹ ਬੰਦ ਹੋਈ ਹੋਈ ਸੀ ਨੀਚੇ ਉਹਦੇ ਛੇਦ ਹੋਏ ਹੋਏ ਸੀਗੇ ਉੱਥੋਂ ਰਾਹੀਂ ਪਿਸ਼ਾਬ ਲੀਕ ਹੁੰਦਾ ਸੀ ਜਿਹਦੇ ਕਰਕੇ ਪੱਟੀ ਖਰਾਬ ਹੋ ਜਾਂਦੀ ਸੀ ਅਤੇ ਮਾਨਣੀ SSP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਤੇ ਉਹਨਾਂ ਨੇ ਇਹਦਾ DMC ਤੋਂ ਇਲਾਜ ਕਰਵਾ ਕੇ ਦਿੱਤਾ, ਜਿੱਥੇ ਪਲਾਸਟਿਕ ਸਰਜਨ ਨੇ SHOD ਨੇ ਹੈੱਡ ਆਫ ਡਿਪਾਰਟਮੈਂਟ ਪਲਾਸਟਿਕ ਸਰਜਨ ਦਿਆਨੰਦ ਮੈਡੀਕਲ ਕਾਲਜ ਦੇ ਵਿੱਚ ਡਾਕਟਰ ਰਜਿੰਦਰ ਮਿੱਤਲ ਉਹਨਾਂ ਨੇ ਇਹਦੇ ਸਾਰੇ ਬੈੱਡ ਸੋਰ ਦੀ ਡਰੈਸਿੰਗ ਕੀਤੀ ਹੈ, ਸਾਰਾ ਇਹਦਾ ਉੱਥੇ ਆਪਰੇਟ ਕੀਤਾ ਉਹਨਾਂ ਨੇ ਅਤੇ ਨਾਲ ਹੀ ਉਹਨਾਂ ਨੇ ਕਿਸੇ ਯੂਰੋਲੋਜਿਸਟ ਜਿਹੜੇ ਪਿਸ਼ਾਬ ਦੀ ਨਾਲੀ ਦੇ ਮਾਹਰ ਡਾਕਟਰ ਨੇ ਉਹਨਾਂ ਨੂੰ ਦਿਖਾ ਕੇ ਇਹਨਾਂ ਦੇ ਉੱਪਰ ਛੇਲ ਕਰਕੇ ਪਿਸ਼ਾਬ ਵਾਲੀ ਨਾਲੀ ਪਾ ਦਿੱਤੀ ਹੈ। ਉਹ ਕਹਿੰਦੇ ਨੇ ਵੀ 10-15 ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜੀ ਪਿਸ਼ਾਬ ਵਾਲੀ ਨਾਲੀ ਬੰਦ ਹੋਈ ਵੀ ਬਲੋਕੇਜ ਹੋਈ ਵੀ ਉਹ ਵੀ ਉਹ ਠੀਕ ਕਰਵਾ ਦਿੱਤੀ। ਨਾਲ ਹੀ ਉਹਨਾਂ ਨੇ ਦੱਸਿਆ ਵੀ ਮਰੀਜ਼ ਨੂੰ ਪ੍ਰੋਪਰ ਖਾਣਾ ਨਹੀਂ ਮਿਲਦਾ ਸੀ, ਬਹੁਤ ਜ਼ਿਆਦਾ ਕਮਜ਼ੋਰੀ ਸੀ। 1.5-2 ਮਹੀਨੇ ਦੀ ਵਧੀਆ ਡਾਇਟ ਜਿਹਦੇ 'ਚ ਪ੍ਰੋਟੀਨ, ਅੰਡੇ, ਦੁੱਧ, ਘਿਓ ਸਭ ਕੁਛ, ਇਹ ਵੀ 1.5-2 ਮਹੀਨੇ ਦੀ ਇਹਦਾ ਸਾਰੀ ਡਾਇਟ ਦਾ ਖਰਚਾ ਵੀ SSP ਸਭ ਚੱਕ ਰਿਹਾ। ਜਿਹੜੇ SSP ਨੇ ਬਰਨਾਲਾ ਦੇ ਸੰਦੀਪ ਗੋਇਲ ਜੀ ਉਹਨਾਂ ਨੇ ਇਹਦੇ ਖਾਣੇ ਦਾ ਵੀ ਸਾਰਾ 1.5-2 ਮਹੀਨੇ ਦਾ ਜਿਹਦੇ ਵਿੱਚ ਹਾਈ ਪ੍ਰੋਟੀਨ ਡਾਇਟ ਹੈ, ਦੁੱਧ ਹੈ, ਸਾਰਾ ਖਰਚਾ ਇਹਨੂੰ ਇਹਦੇ ਪਰਿਵਾਰ ਦਾ ਚੱਕ ਰਹੇ ਨੇ। ਇਹਦੇ ਬੱਚਿਆਂ ਦੀ ਪੜ੍ਹਾਈ ਦਾ ਵੀ, ਉਹਨਾਂ ਦੀ ਕਿਤਾਬਾਂ ਦਾ ਅਤੇ ਸਾਰਾ 1.5-2 ਮਹੀਨੇ ਦਾ ਰਾਸ਼ਨ ਦਾ ਸਾਰਾ ਖਰਚਾ SSP ਸੰਦੀਪ ਗੋਇਲ ਜੀ ਦੁਆਰਾ ਚੱਕ। ਅਸੀਂ ਡਰੈਸਿੰਗ ਕਰਨੀ ਹੈ ਅਤੇ ਉਦੋਂ ਬਾਅਦ ਇਹਦੀ ਮੋਨੀਟਰਿੰਗ ਕਰਨੀ ਹੈ, ਜੇ ਉਦੋਂ ਬਾਅਦ ਕੋਈ ਇਹਦਾ ਫਰਦਰ ਜਿਹੜਾ ਮੋਟਾ ਮੋਟਾ 90% ਜਿਹੜਾ ਇਲਾਜ ਸੀ, ਓਪਰੇਸ਼ਨ ਸੀਗੇ, ਉਹ ਸਾਰੇ ਉੱਥੋਂ DMC ਤੋਂ ਹੋ ਗਏ ਨੇ। ਉਰੇ ਇਸਦੀ ਡਰੈਸਿੰਗ ਹੈ ਅਤੇ ਜਿਹੜੀ ਥੋੜ੍ਹੀ ਮੋਟੀ ਜਿਹੜੀ ਨਰਸਿੰਗ ਕੇਅਰ ਹੈ ਉਹ ਅਸੀਂ